بسم اللہ الرحمن الرحیم. اللہم کل ولیک الحجت ابن الحسن علیہ السلام صلواتک علیہ وعلی آبائہ فی ہذہ الساعۃ وفی کل ساعۃ من ساعۃ اللیل والنہار ولیم وحافظم وقائدم وناصرم ودلیلم وعینن حتی تسکنہ ورزقاتہ ان وتمتعہ فیہا طویلا یا رب محمد و آل محمد صلی علی محمد و آل محمد وعجل فرجا قائم آل محمد صلوات بر حسین ابن علی. اپنے اپنے ٹرائے دی قبولیت واسطے اچھی صلوات خانوادہ تقریب. ایدوں صدا آ رہی ہے تو اے غافل ہو صلوات تو سارے ایک درود پڑھو محمد والے. ذکر والے تو آیا قبول فرما سب. امین آکھو. جتنے بیمار نے شفا عطا فرما, جتنے مقروض نے قرض ادا فرما, بے جرم قیدیان رہائی عطا فرما, مجلس عزا مقبول فرما. کسی عزادار نو موت نہ آئے جب تک بہن براد روزے دا زوار نہ ہو. بانی مجلس تے رزق عزت بخت اقبال جان اچ بے بہا اضافہ فرما. اس گھر دے مرحومین دے درجات بلند فرما. بار الہا واسطہ محمد و آل محمد دے ذکر و عظمت و عزت دا, پارا چنار دے عزاداراں دی حفاظت فرما, شیعت دیاں اونا نہتیاں دھیاں دی حفاظت فرما, ساڑی عبادت اپنی جناب وچ قبول فرما, سارے آنسو مخدومہ کونین دی بارگاہ وچ مقبول فرما, ساڈا کٹھا ہونا اجر رسالت شمار فرما, سارے گناہان صغیرہ و کبیرہ تو در گزر فرما. آمین آکھن والیاں کربلا و شام دا زوار بنا. اجازت ہے بات شروع کیتی جائے. وعدہ وفائی ہو گئی اور مرزا صاحب دا حکم پورا ہو گیا اور تھوڑے چہرے دی زیارت ہو گئی. بس ہن دروازے تے لگے جاؤ شاہ جی, مجمع چ نہ گزرو. عزادارو چھتیاں شہراں چ ماری گئی دی علی دی. کربلا تو بعد شام 36واں شہر کوفے چو شام دا فاصلہ ہے 6 دن دا. کوفے چو شام دی جڑی پد ہے وہ اس دور دے مطابق 6 دنوں دا پد ہے. 3 دن لگے خط شام جان چ, 3 دن لگے شام چو خط آن. جڑا خط شام گیا ہے کوفے چوں, اس وچ لکھیا ہویا ای باغی ماریا گیا ہے. سیاہ لباس وچ بندے دی ہائے نکلنی چاہیے, نکلنی چاہیے آئی ہائے تھوڑی. اگلی گل, وہ ایک پتر آئی 18 سال دا, وہ بھی ماریا ہے. ایک وہ سیرے والا آئی, وہ بھی ماریا ہے. خدا جانے کس طاقت نال انہاں لکھ لیا, ایک ہوں دودھ پیندا آئی وہ بھی ماریا ہے. پچھے ہون اس غریب دا رہ ایک بیمار ہے نا سجاد, ایک بچہ ہے او دا پتر. چونٹ رسول دے گھر دی بی بی ہے, آئیاں ہوئیاں کوفے, دس کی کرنا ہے. 3 دن لگے خط شام گیا,
ਤ੍ਰਿਖਾ ਸਵਾਰ ਤ੍ਰੈ ਦਿਨ ਚ ਖਤ ਵਾਪਸ ਸ਼ਾਮ ਚੋਂ ਮਦੀਨੇ ਲੈ ਆਇਆ। ਖਤ ਖੁੱਲੇ ਹੋਇਆ ਏ, ਉਸ ਤੇ ਲਿਖਿਆ ਹੋਇਆ ਈ, ਜੇ ਕਤਲ ਹੁਸੈਨ ਨੂੰ ਕਰ ਛੋੜਾਈ, ਉਹਦੀ ਭੈਣ ਨੂੰ ਰੱਸੀਆਂ ਪਾਏ। ਜੇ ਕਤਲ ਹੁਸੈਨ ਨੂੰ ਕਰ ਛੋੜਾਈ, ਉਹਦੀ ਭੈਣ ਨੂੰ ਰੱਸੀਆਂ। ਨਾ ਤਰਸ ਕਰੀ ਅੱਲਾ ਰਾਸਣ ਤੇ, ਉਹਨੂੰ ਵਿੱਚ ਬਾਜ਼ਾਰ ਫੇਰਾ। ਇਹਨਾਂ ਨੂੰ ਸ਼ਾਮ ਭੇਜ ਦਿਓ। ਕਾਫਲਾ ਜਿਹੜਾ ਨਿਗਾਹ ਮੰਨ ਦਿਓ, ਅਜ਼ਾਦਾਰੋ ਨਿਗਾਹ ਦਿਓ। ਕਾਫਲਾ ਜਿਹੜਾ ਕੂਫੇ ਤੋਂ ਹੁਣ ਤੁਰਿਆ, ਇਹ ਤ੍ਰੈ ਜਰਨੈਲਾਂ ਦੀ ਨਿਗਰਾਨੀ ਹੈ ਤੁਰਿਆ। ਸਰ ਅੱਗੇ ਅੱਗੇ ਆਣ, ਪਿੱਛੇ ਅਲੀ ਦੀਆਂ ਧੀਆਂ ਆਣ, ਔਰ ਇੱਥੋਂ ਕੂਫੇ ਤੋਂ ਅੱਗੇ ਸ਼ਾਮ ਤੱਕ ਸੱਜਾਦ ਦੇ ਹੱਥ। ਸ਼ਾਇਦ ਮੈਂ ਸਮਝਾਵਾਂ ਤੇ ਬੜੀ ਦੇਰ ਤੱਕ ਤੇਰੀ ਹਾਏ ਆਉਂਦੀ ਰਹੇ। ਅਜ਼ਾਦਾਰੋ, ਮਾਂ ਨਾਲ ਧੀ ਕਹਿਦਾ ਈ, ਪਿਓ ਨਾਲ ਪੁੱਤਰ ਕਹਿਦਾ। ਮੈਂ ਕੋਈ ਸ਼ਾਮ ਦੀ ਗੱਲ ਕਰਾਂ, ਫਿਰ ਮੈਂ ਤੁਹਾਨੂੰ ਆਖਾਂ ਮੈਂ ਤੁਸੀਂ ਹਾਏ ਕਰੋ। ਕੋਈ ਬਾਜ਼ਾਰ ਦੀ ਗੱਲ ਕਰਾਂ ਤੇ ਮੈਂ ਬਾਰ ਬਾਰ ਤੈਨੂੰ ਆਖਾਂ ਬ ਹਾਏ ਕਰ, ਤਾਂ ਕਿਉਂ ਆਖਾਂ? ਤੇਰੇ ਅੰਦਰ ਇਸ ਚਾਦਰ ਦਾ ਦਰਦ ਹੈ। ਜਿਹਨਾਂ ਇਸ ਬਾਜ਼ਾਰ ਦੀ ਗੱਲ ਤੇ ਰੋਣਾ ਹੈ, ਉਹਨਾਂ ਜ਼ਾਕਿਰ ਦਾ ਮੁਹਤਾਜ ਹੋ ਕੇ ਨਹੀਂ ਬਾੜ। ਤੁਹਾਡੇ ਮੁਲਤਾਨ ਦਾ ਸੈਯਦ ਆਈ ਮੁਹੰਮਦ ਹੁਸੈਨ ਸ਼ਾਹ ਨਾ ਹੀ ਧਾੜ ਸ਼ਾਹ ਮਸ਼ਹੂਰ ਹੋ, ਮਜਲਿਸ ਧਾੜ ਮਾਰ ਕੇ ਰੋਂਦਾ ਆਈ। ਇੱਕ ਦਿਨ ਸੈਯਦ ਸ਼ਾਮ ਦੇ ਟਾਈਮ ਬਾਜ਼ਾਰ ਚ ਗੁਜ਼ਰਿਆ, ਉਹ ਇਸ ਪਾਸੇ, ਬੀਬੀਆਂ ਕੁਝ ਰੋਡ ਦੇ ਉਸ ਪਾਸੇ, ਇੱਕ ਪਿੱਛੇ ਰਹਿ ਗਈ ਤੇ ਅਗਲੀਆਂ ਕਦਮ ਰੋਕ ਕੇ ਪਿਛਲੀ ਨੂੰ ਆਖਿਆ, ਜ਼ੈਨਬ ਜਲਦੀ ਟੋਰ। ਆਇਆ ਆਇਆ ਮਾਤਮ ਆਇਆ ਅਲੀ ਦੀਆਂ ਧੀਆਂ ਦੇ ਗਮ, ਤੁਹਾਡੀ ਹਾਏ ਆਈਏ ਸੈਯਦ ਤੋਂ ਕਦਮ ਨਹੀਂ ਚਾਇਆ ਗਿਆ। ਪੱਗ ਹੱਥਾਂ ਤੇ ਰੱਖ ਕੇ ਰੋਡ ਪਾਰ ਕਰਕੇ ਹੱਥ ਜੋੜ ਕੇ ਆਦਾ, ਮੇਰੀਆਂ ਧੀਆਂ ਮੈਂ ਸੈਯਦ ਹਾਂ, ਤੁਹਾਡੇ ਚੋਂ ਜ਼ੈਨਬ ਕਿਹੜੀ ਬੱਚੀ ਦਾ ਨਾਂ ਹੈ? ਉਹ ਬਾਹਰ ਆਈ, ਹੋ ਸਕਦਾ ਬਾਬਾ ਜੀ ਮੇਰਾ ਨਾਂ ਜ਼ੈਨਬ ਹੈ। ਦੋਵੇਂ ਹੱਥਾਂ ਨਾਲ ਮੂੰਹ ਪਿੱਟ ਕੇ ਆਦਾ, ਜੇ ਤੇਰਾ ਨਾਂ ਜ਼ੈਨਬ ਹੈ ਬਾਜ਼ਾਰ ਨਾ ਆਇਆ ਕਰ। ਅਗੇ ਇਹ ਕਿਸੇ ਨਾਂ ਦੀ ਬਾਜ਼ਾਰ ਆਈ ਆਈ, ਉਹਨੂੰ ਇਤਨਾ ਮਾਰਿਆ ਹੈ, ਵਸਦਾ ਰਹਿ ਵਸਦਾ ਰਹਿ। ਅੜੀ ਗਰਮੀਆਂ ਚਾਲੀਆਂ ਦੇ ਬਾਜ਼ਾਰ ਤੇ ਮਾਤਮ ਦਾ ਹੱਥ ਉਠਾਉਣ ਵਾਲਾ ਖਲਾ ਰਹਿ, ਆਬਾਦ ਰਹਿ, ਆਬਾਦ ਰਹਿ, ਆਬਾਦ ਰਹਿ ਅਜ਼ਾਦਾਰ, ਜਿਹਨਾਂ ਦਾ ਹੱਥ ਆਇਆ। ਪੰਜਾਹ ਬੰਦਿਆਂ ਦਾ ਪਹਾਰਾ ਹੁਸੈਨ ਦੇ ਸਰ ਤੇ ਆ, ਸਾਰਾ ਦਿਨ ਮਜ਼ਲੂਮ ਦਾ ਸਰ। ਅਜ਼ਾਦਾਰੋ, ਪੜ੍ਹਿਆ ਇਤਨਾ ਗਿਆ ਨਾ ਕਿ ਸ਼ਬੀਰ ਦਾ ਸਰ ਨੇਜ਼ੇ ਦੀ ਨੋਕ ਤੇ ਰਿਹਾ, ਤਾਂ ਬੰਦਿਆਂ ਦੀ ਹਾਏ ਨਹੀਂ ਨਿਕਲਦੀ। ਅੱਜ ਤੈਨੂੰ ਵਾਸਤੇ ਮਜਲਿਸ ਦਾ, ਸਿਰਫ ਘਰ ਜਾ ਕੇ ਜਦੋਂ ਸੌਣ ਲੱਗੇ ਨਾ, ਦੁਨੀਆਂ ਦੇ ਕੰਮ ਕਾ ਫੋਨ ਵੀ ਛੋੜ ਦੇਵੇਂ, ਜਦੋਂ ਐਂ ਤਕੀਏ ਤੇ ਰੱਖੇ ਸਿਰ, ਇੱਕ ਵਾਰੀ ਸੋਚੀ, ਇੱਕ ਸਰਦਾਰ ਆਈ, ਉਹ ਐਡਾ ਵੱਡਾ ਨਵਾਬ ਆਈ, ਉਹਦਾ ਨਾਨਾ ਨਵੀਆਂ ਦਾ ਨਵੀ ਆਏ। ਉਹ ਜੇ ਆਖਿਆ ਨਾ ਨਾਨਾ ਮੈਨੂੰ ਮੁੰਡੇ ਤੇ ਚਾ, ਉਹ ਨਾਨਾ ਉਹਨੂੰ ਵੱਲੇ ਲਲੀਆਂ ਜ਼ੁਲਫਾਂ ਨਾ ਪਾਉਂਦਾ ਆਈ। ਉਹ ਆਖਿਆ ਨਾਨਾ ਇੱਧਰ ਮੁੜ, ਤੇ ਨਾਨਾ ਐਂ ਮੁੜਦਾ ਆਈ। ਉਹ ਆਖਿਆ ਨਾਨਾ ਇੱਧਰ ਜਾਣਾ ਹੈ, ਨਾਨਾ ਐਂ ਮੁੜਦਾ ਆਈ। ਉਹ ਐਡਾ ਵੱਡਾ ਨਵਾਬ ਆਈ, ਉਹ ਨਾਨੇ ਦੀ ਪੁਸ਼ਤ ਤੇ ਬਵੇ ਆ, ਤੇ ਕੋਈ ਉਹਨੂੰ ਪੁਸ਼ਤ ਤੋਂ ਲਾਂਦਾ ਨਹੀਂ। ਇਸ ਬਾਦਸ਼ਾਹ ਦਾ ਇਹ ਸ਼ਾਨ ਆਈ, ਉਹ ਜਬਰਾਈਲ ਦੇ ਪਰ ਤੇ ਸੌਂਦਾ ਆਏ। ਇੱਕ ਜੁਮਲਾ ਮੈਂ ਯਾਦ ਹਾਂ, ਹੁਸੈਨ ਕਿੱਡਾ ਵੱਡਾ ਨਵਾਬ ਹੈ, ਹੁਸੈਨ ਇਤਨਾ ਬੜਾ ਨਵਾਬ ਹੈ, ਜਿਸ ਕਈ ਵਾਰੀ ਜਬਰਾਈਲ ਨੂੰ ਆਖਿਆ, ਪਰ ਹਟਾ, ਤੇਰੇ ਪਰ ਤੇ ਨਹੀਂ ਸਮਣਾ ਮੈਂ ਫਿਜ਼ਾ ਦੀ ਝੋਲੀ ਹੈ। ਵਸਦਾ ਰਹੇ ਹੱਥ ਹੋਰ ਮੇਰਾ ਚਾ, ਕਿੱਡਾ ਵੱਡਾ ਨਵਾਬ ਆਈ ਹੁਸੈਨ। ਉਸ ਨਵਾਬ ਦੀ ਸਵਾਰੀ, ਹੁਸੈਨ ਦੀਆਂ ਸਵਾਰੀਆਂ ਬਦਲਦੀਆਂ ਰਹੀਆਂ। ਮਦੀਨੇ ਚ ਨਾਨਾ ਸਵਾਰੀ ਬਣਦਾ ਸੀ, ਕਦੀ ਬਾਬਾ ਚਾਹੁੰਦਾ
ਕਦੀ ਜਬਰਾਈਲ ਪਰ ਤੇ ਲਿਟਾਉਂਦਾ ਸੀ। ਫਿਰ ਮਦੀਨਾ ਜਦੋਂ ਉਮਤ ਛੁਡਾਇਆ, ਫਿਰ ਮੁਰਤਜਿਸ ਦਾ ਸਵਾਰ ਹੋਇਆ। ਫਿਰ ਜਦੋਂ ਉਮਤੀਆਂ ਮੁਰਤਜਿਸ ਤੇ ਵੀ ਨਾ ਬਾਣ ਦਿੱਤਾ, ਫਿਰ ਗਰੀਬ ਜਦੋਂ ਤੱਤੀ ਰੇਤ ਤੇ ਡੱਠਾ ਹੈ, ਉਸ ਤੋਂ ਬਾਅਦ ਸ਼ਬੀਰ ਉਹ ਸਵਾਰੀ ਰੱਖੀ ਹੈ ਜਿਸ ਸ਼ਾਮ ਤਾਈਂ ਭੈਣਾਂ ਨੂੰ ਬੜਾ ਹੀ ਰਵਾਇਆ ਹੈ। ਅਜ਼ਾਦਾਰਾ, ਹੁਣ ਸਵਾਰੀ ਮੁਸਲਮਾਨਾਂ ਦਿੱਤੀ ਹੈ ਨੇਜ਼ੇ ਦੀ ਚੁੰਝ। ਵਸਦਾ ਰਹੇ ਹਾਏ ਕਰਨ ਵਾਲਾ, ਮੈਨੂੰ ਵੇਖੋ, ਮੈਨੂੰ ਵੇਖੋ, ਮੇਰੇ ਸਾਹਮਣੇ ਅਜ਼ਾਦਾਰ, ਮੇਰੇ ਬੱਚਾ ਮੈਨੂੰ ਵੇਖ, ਮਜਲਿਸ ਤੋਂ ਗਾਫਿਲ ਨਾ ਹੋ। ਐਸਾ ਤਾਂ ਨਹੀਂ ਹੈ ਕਿ ਜਿਹੜਾ ਸਰ ਮੇਰੇ ਮੌਲਾ ਮਜ਼ਲੂਮ ਦਾ 11 ਮੁਹਰਮ ਨੇਜ਼ੇ ਤੇ ਚੜਾਇਆ ਗਿਆ ਉਹ ਫਿਰ ਨੇਜ਼ੇ ਤੇ ਹੀ ਰਿਹਾ? ਇੰਜ ਨਹੀਂ ਹੋਇਆ। ਸੈਯਦ ਸ਼ਹਿਨਸ਼ਾਹ ਅੱਬਾਸ, ਬਹੁਤ ਸੋਹਣੇ ਇਮਾਮ ਹੁਸੈਨ ਅਲੈਹਿ ਸਲਾਮ ਦੇ ਜ਼ਾਕਿਰ, ਸੈਯਦ ਇਜਾਜ਼ਤਾਂ ਨੇ ਬਿਸਮਿਲ੍ਲਾ, ਤਸ਼ਰੀਫ ਰੱਖੋ ਬਈ, ਤਸ਼ਰੀਫ ਰੱਖੋ, ਜਿੱਥੇ ਜਿੱਥੇ ਜਗ੍ਹਾ ਮਿਲੇ ਤਸ਼ਰੀਫ ਰੱਖੋ। ਚਲੋ, ਮੇਰੇ ਬਾਅਦ ਪੜ੍ਹਨ ਵਾਲਾ ਵੀ ਸੈਯਦ ਆਇਆ ਹੈ, ਗੱਲ ਵੀ ਬਾਜ਼ਾਰ ਦੀ ਛਿੜੀ ਹੋਈ ਹੈ। ਐਸਾ ਨਹੀਂ ਹੈ ਜ਼ਦਾਰੋ ਕਿ ਮੇਰੇ ਮੌਲਾ ਦਾ ਸਰ ਜਿਹੜਾ 11 ਮੁਹਰਮ ਨੇਜ਼ੇ ਤੇ ਚੜਿਆ ਉਹ ਫਿਰ ਉਂਝ ਨੇਜ਼ੇ ਤੇ ਰਿਹਾ। ਸਰ ਦਿਨੇ ਦਿਨੇ ਚਾਨਣੇ ਚਾਨਣੇ 'ਚ ਨੇਜ਼ੇ ਤੇ ਆਉਂਦਾ ਸੀ ਸ਼ਬੀਰ ਦਾ ਸਰ। ਜੋ ਸ਼ਾਮ ਆਉਂਦੀ ਆਈ ਸਰ ਨੇਜ਼ੇ ਤੋਂ ਲਾ ਲੈਂਦੇ ਆ, ਸੰਦੂਕ 'ਚ ਬੰਦ ਕਰਦੇ ਆ। 50 ਬੰਦਾ ਸਰ ਦਾ ਪਹਾਰਾ ਦਿੰਦਾ, ਤੇਰਾ ਦਿਲ ਦੁਖੇ ਤਾਂ ਬੜੀ ਵੱਡੀ ਚੀਖ ਨਿਕਲੇ ਆਜ਼ਾਦਾਰ। ਜਦੋਂ ਸੁਬਹ ਆਉਂਦੀ ਆਈ ਨਾ, ਫਿਰ ਕਿਸੇ ਨਵੀਂ ਜਗ੍ਹਾ ਤੇ ਨੇਜ਼ਾ ਰੱਖਦੇ ਆ। ਚੌਖਾ ਮੀਰ ਜਦੇ ਹਾਏ ਦੇ, ਜਿਹੜਾ ਸੰਨੀ ਬੈਠਾ ਉਹ ਹਾਏ ਕਰੇ, ਹੁਸੈਨ ਸ਼ੀਆਂ ਦਾ ਨਾ ਹੀ ਰਸੂਲ ਦਾ ਪੁੱਤਰ ਆਈ। ਫਿਰ ਬਹਿਣਾ ਵੇਦੀਆਂ ਰਾਂਦੀਆਂ, ਸ਼ਬੀਰ ਦਾ ਸਰ ਫਿਰ ਨੇਜ਼ੇ ਤੇ ਚੜ੍ਹ। ਛੱਤੀਆਂ ਸ਼ਹਿਰਾਂ 'ਚ ਗੁਜ਼ਾਰਿਆ ਨੇ, 12 ਮੁਹਰਮ ਆਈ ਹੈ ਨਾ ਕੂਫੇ, 12 ਆਈ ਹੈ ਨਾ ਜੀ, ਰਿਵਾਇਤ ਨੂੰ ਜੋ ਦੱਸਦੀਆਂ ਸਾਨੂੰ ਇਹ ਦੱਸਦੀਆਂ ਵੀ 12 ਮੁਹਰਮ ਮੇਰੀ ਮਖਦੂਮਾ ਕੂਫੇ ਆਈ। ਜੋ ਹੀ ਬੀਬੀ ਕੂਫੇ ਆਈ ਤਾਂ ਇੱਕ ਸਵਾਰ ਖਤ ਦੇ ਕੇ ਸ਼ਾਮ ਭੇਜ ਦਿੱਤਾ। ਉਹਨੂੰ ਸ਼ਾਮ ਪਹੁੰਚਣ 'ਚ ਲੱਗੇ 3 ਦਿਨ, 12 ਤੋਂ 3 15 ਹੋ ਗਏ। ਹੁਣ ਜਨਾਬ ਉਹਨੂੰ 3 ਦਿਨ ਹੀ ਲੱਗੇ ਵਾਪਸ ਆਉਣ 'ਚ, ਫਿਰ 15 ਤੇ 3 18 ਹੋ ਗਏ। ਯਾਨੀ 18 ਮੁਹਰਮ ਤੱਕ ਸੈਣ ਕੂਫੇ ਰਹੀਏ। ਅਗਰ 19 ਮੁਹਰਮ ਨੂੰ ਮੇਰੀ ਸੈਣ ਕੂਫੇ 'ਚੋਂ ਟੁਰੀਏ ਤਾਂ ਫਿਰ ਇਹ ਸਫ਼ਰ 6 ਦਿਨ 'ਚ ਮੁੱਕਣਾ ਚਾਹੀਦਾ ਹੈ। ਲੇਕਿਨ ਅਲੀ ਦੀ ਧੀ ਪਹੁੰਚੀਏ 29 ਮੁਹਰਮ 'ਚ। ਪਿਛਲੇ ਅਜ਼ਾਦਾਰ ਸਮਝੋ ਜਿਹੜਾ ਨਾ ਉਹ ਸਮਝ ਸਕੇ। ਭਲਾ ਭਲਾ ਤੜਫ ਕੇ ਹਾਏ ਕਰਨ ਵਾਲੇ, ਭਲਾ ਕਦੀ ਨਾ ਰੋਵੋ ਇਸ ਗਮ ਦੇ ਸਿਵਾ, ਗਾਫਿਲ ਨਾ ਹੋਵੋ ਅਜ਼ਾਦਾਰ। 29 ਨੂੰ ਕਿਉਂ ਪਹੁੰਚੀਏ ਅਜ਼ਾਦਾਰ? ਉਹ ਇਹ 2 ਗੱਲਾਂ, 2 ਵਜੂਹਾਤ ਨੇ, ਬੜੀ ਤਵੱਜੋ ਨਾਲ ਸੁਣੋ, ਮੈਂ ਬਹੁਤ ਗਹਿਰਾ ਮਕਤਲ ਪੜ੍ਹ ਰਿਹਾ। ਇੱਕ ਤਾਂ ਜਿਵੇਂ ਇਹ ਤੁਹਾਡੇ ਇਸ ਪਿੰਡ ਵਾਲੇ ਬਾਹਰ ਰਸਤਾ ਆ ਰਿਹਾ ਮੇਨ, ਇਹ ਮਰਕਜ਼ੀ ਰੋਡ ਹੈ। ਕੋਈ ਵੀ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਮਰਕਜ਼ੀ ਰਸਤਾ ਨਹੀਂ ਇਸਤੇਮਾਲ ਕੀਤਾ ਗਿਆ। ਜਿਹਦੀ ਅਜਣ ਹਾਏ ਨਹੀਂ ਨਿਕਲੀ ਉਹ ਹੁਣ ਹਾਏ ਕਰ ਲਏ। ਅਲੀ ਦੀਆਂ ਧੀਆਂ ਟੁਰਾਈਆਂ ਗਈਆਂ ਨੂੰ ਪਹਾੜਾਂ ਤੇ, ਜੰਗਲਾਂ 'ਚੋਂ, ਬਿਆਬਾਨਾਂ 'ਚੋਂ, ਕਦੇ ਉਸ 'ਚੋਂ ਨੇ, ਕਦੇ ਉਸ 'ਚੋਂ ਨੇ। ਹੁਣ ਅਗਰ ਅੱਗੇ ਵੀ ਲੱਗੇ ਗਏ ਨਾ, ਇਤਨਾ ਜ਼ਿਆਦਾ ਵਕਤ ਕਿਉਂ ਲੱਗਾ? ਅੱਗੇ ਲੱਗੇ ਗਏ, ਅਗਲੀ ਮੰਜ਼ਿਲ 'ਤੇ ਜਾ ਕੇ ਇਹਨਾਂ ਨੂੰ ਪਤਾ ਲੱਗਾ ਵੀ ਪਿੱਛੇ ਇੱਕ ਸ਼ਹਿਰ ਹੈ ਜਿੱਥੇ ਅਲੀ ਦੇ ਦੁਸ਼ਮਣ ਰਹਿੰਦੇ ਢੇਰ। ਮੈਨੂੰ ਕਲਮੇ ਦੀ ਕਸਮ ਹੈ, ਅਲੀ ਦੀਆਂ ਧੀਆਂ ਅੱਗੋਂ ਫਿਰ ਪਿੱਛੇ ਲੈ ਗਏ। ਜਦੋਂ ਉਹ ਮਾਰ ਕੇ ਰੱਜ ਗਏ ਨਾ, ਫਿਰ ਅਲੀ ਦੀਆਂ ਧੀਆਂ ਉਸ ਸ਼ਹਿਰ ਲਿਜਾਈਆਂ, ਫਿਰ ਉਸ ਸ਼ਹਿਰ ਲਿਜਾਈਆਂ ਗਈਆਂ। ਅਲਮ ਨਪ ਕਿਉਂ ਬੰਦਾ ਮਾਫ਼ੀ ਮੰਗੇ ਜਿਹਦੀ ਹੁਣ ਹਾਏ ਨਾ ਨਿਕਲੇ। 36 ਸ਼ਹਿਰਾਂ 'ਚੋਂ ਜਿਸ ਸ਼ਹਿਰ 'ਚ ਪੱਥਰ ਨਨ ਨਾ ਲੱਗਦੇ, ਸੱਜਾਦ ਦਾ ਮੁੰਡਾ ਹਲਾ ਕੇ ਆਦਿ ਆਈ ਹੈ, ਸੱਜਾਦ ਈਸਾਈਆਂ ਦਾ ਸ਼ਹਿਰ। ਮਾਤਮ ਕਰੋ ਅਜ਼ਾਦਾਰੋ, ਮਾਤਮ ਕਰੋ ਅਜ਼ਾਦਾਰੋ, ਕਰੋ ਮਾਤਮ। ਆਲੀਆ ਦੀ ਚਾਦਰ ਦਾ ਮਾਤਮ ਹੈ, ਵਸਦਾ ਰਹੇ ਅਜ਼ਾਦਾਰ ਹੈ, ਸੱਜਾਦ ਈਸਾਈਆਂ ਦਾ ਸ਼ਹਿਰ ਹੈ। ਇੱਥੇ ਸਨ ਮਾਰਿਆ ਨੇ ਅਜ਼ਾਦਾਰੋ, ਸਾਰੇ ਸਫ਼ਰ ਵਿੱਚ
رلو مذاہب وچ رلو مذاہب وچ رلو پھر پہلا وین کریے سید زادن ممبر دے وی اور میں پور میں تھوڑا آنسو روک کے تو میں تھے تو ایک روایت اس وچ سنان لگا تھوڑے آنسو واسطے پورا علاقہ میرے سامنے بیٹھا ہے کسی دے دل تے اتر گئی حسین ابن علی نو حسین دیاں بہناں نو منہ چھپا کے رونا ممنوع ہے سر جھکانا یا منہ اگے کپڑا رکھنا تاکہ میں جے رو پواں تے شکل میری بگڑی ہوئی کوئی نہ ویکھے مدینے مجلس ہوئی تیرا چھواں امام پیچھے بیٹھا ہے تے مولا ایک مومن نو ویکھیا جے کول رومال آئی او منہ چھپا لیندا ہے چھپا کے روندا ہے امام اتو اٹھے وہ رولی آئی نا بازار غریب اٹھے تو منڈے تے ہاتھ رکھ کے تو خوش نصیب ہیں تین منہ چھپان واسطے رومال تے مل گیا زینب نو تے چادر ہی مولا کیویں رواں فرمایا جی میں یارہ دی رات ساڈی چمٹ کر دے رات ٹبے دی گیڑ نال میری ماتمی نال اگلی گل ہے وہ خالی ماں کر کے روڑا لے وسدا روی ویڑا کدی نہ رویں اس غم دے سوا جی میں اچھی ہائے پیا کردا ہے اور ازاداروں پوچھ دی آئی کہ سجاد اے جنا نہیں ماریا اتھے عیسائی راندے ہیں انج سفر کر دی کر دی کر دی کر دی کر دی کوفے چو نکلی اوئے ہوئے ہوئے کیڑے شہر ہے جتھے علی دیاں دھیاں نے مارے نصیبین ماریا نے کنسرین ماریا نے اسکلان ماریا نے ازاداروں پھر کفر تاب گئی پھر ہما گئی پھر ہمس گئی پھر حلب گئی رل دی رل دی رل دی دھی علی دی پتہ نہیں کیڑے دکھ نو پی روندی آئی تے امام سجاد کو لا کے آکھیا اماں جی سجاد اماں ایک رات دی مسافت رہ گئی ہے اے عمر سات تے شمر پیا دن کل دیگر لے اسا شام پہنچ جانا جنہ دی ہائے نکلی ہے شالا شام جا ویکھو جنہ دی ہائے نکلی ہے شالا شام جا ویکھو بھرا مرا کے نسل مکا کے نو بیوا بھر جائیاں نال رلا کے دھی علی دی دمشق دے خونی پتن دی کندھی تے آ چڑھ آ بھلا او ہائے کرن والا پچھلا سارا سفر علی دی دھی دا اٹھاں دا آئی جنو آلیا دی عزت دا پتہ ہے جن پتہ ہے با مسلے تے جاوے آ تے ستارہ کنیزاں نپدیاں قرآن رکھن علی ہو رہی مسلہ پان علی ہو رہی وضو جوڑن علی ہو رہی چادر کران علی ہو رہی جتی رکھن علی ہو رہی او دی ہائے نہ نکلی من دکھ لگ سی جڑی ویڑے چ نہیں ٹر سکدی جدن شام پہنچی تے یزید آکھیا اٹھاں تو لا لو تے پیدل آیا بھلو بھی ازادار اٹھاں تو لہائی گئی غازی دا سر ویکھیا دیا یباس بھین شام آئے مرحبا ہائے کرنا لے پھیلے تیری ہائے مجمع وچ پھیلے تیری ہائے ہر ازادار تیری ہائے دا گواہ بنے خدا اس ہائے دے بدلے شام دا زوار بناوی ازادارو میں سیداں مظلوم دا ذاکراں میرے بعد پڑھن والا سیدے میں سید تو لے کے باہر جتھے جتھے تک صدا جا رہی ہے ترے چار کیمرے لگے ہوئے نو جتھے جتھے گلی بھری ہوئی ہے اس پنڈ دا کہنا ہے ستائی چک اس ستائی چک وچ میری مجلس تو بعد ایتھے باہر اعلان ہوے ستائی چک لے او پتھر جوڑ لو کل ہندو دی دھین مارنا ہے ستائی چک لے او تازیانے تے نیزے کٹھے کرو امیر او بندہ جدی ہائے نہیں نکلی کل اتنے چوک ستائی چک دے پنڈ دے چوک کسے ہندو دی دھین مارنا ہے میں یقین ہے بھاویں مسلمان سنی ہے یا شیعہ اس اپنا اپنا بوا بند کرنا ہے ہتھیار کٹ کے چوک کھلو کے آکھے گا ساڈے پنڈ ظلم اسی نہیں آن دینا دھیاں سانجیاں ہو دیاں اوے ہندو دی بھی اتنے نہیں مارن دینی لا الہ الا اللہ محمد رسول اللہ علی ولی اللہ تو ہندو دی دھین کچھ نہیں آکھن دینا شام دیاں بستیاں چ اعلان ہویا نیزے کٹھے کرو پتھر جوڑ لو کل بازار چلی دیاں دھیاں مرحبا ہاتھ رکھو سر تے ہاتھ رکھو جڑا شام دا آزادار ہے وسدا رہے جدی ہائے نکلی ہے خدا تیرا ویڑا آباد رکھے شام آ گئی میں سیدا میں کس رنگ نال پڑھا کہ شام کیویں آئی
شام کھا گئی آئی سجاد چٹا چانن آئی شام دمشق شہر دے بابے توما تے کھڑی آئی دمشق دے پانچ دروازے ہیں بابے توما تے کھڑی آئی اعلان ہویا پیدل آوے آلیا دا پہلا قدم بازار آیا آزادارا تے بھرا دی سانگ دو ڈٹھوس تے شبیر دی آنکھ بند نظر آئی میری سینڈ راہ بنا کے بدے ہوئے ہاتھے ایتھوں چا کے بھرا دی سانگ چ پا کے آ دیے تیریاں میں ضرباں گنیاں حسین دن گڑیاں نہیں تیری مقتل کھلوتی رہی نا حسین دن کھلوتی رہی ہیں منہ تے پٹ کے آدھی اکھ کھول ہن بہن دی مقتل آ گیا تین شمر ماریا ہے میرا پانچ لاکھ قاتل ہسدا ہے امیر بندہ جدی آئی نہیں نکلی امیر بندہ جدی آئی نہیں نکلی ازادارا خدا تیرا ویڑا آباد رکھے پھر آدھی سامنے چھت پا کے آدھی ہے حسین 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 میں تین بچان ٹری ہوں نا شبیر آدھے ہاں لیا تو میں بچان ٹو رہی ہیں رو کے پی آدھی حسین پچھلے ہاں پینتیاں شہر آئے چھ آ میں نانے دی قبر تو تیرے نال ٹو رہی ہیں نا حسین تو آدھا آیا تو میں من بھی آیا حسین تو آکھیا نا غازی نو آکھے میں پٹے میں آکھیا پٹ عباس تے پٹوا چھوڑے تو آکھیا نا عباس نو آکھ نہ لڑے میں چپ کرایا میرا غازی چپ کر گیا تم آکھیا نا اس گلی چو گزرنا پے گا نہیں تو دین نہیں بچدا حسین تو آدھا آیا میں من دی آیا نہیں او شیعہ جڑا ہائے نہ کرے میرے مولا دی سانگ ہلا کے آ دی ہن بھین دی من میں آکھ دی آساں تو من دا حسین دے حکم کر میں کے کراں منہ تے پٹ کے آ دی قرآن پڑھ میں راہ نہیں پیا ہے کوئی ماتم کرن والا میرے نال حسن دی بیوا نو ہے اے شرابیاں دا مجمع ہے میں نجس ماحول ہے جالی دی دھیاں وسدا رہے وسدا رہے وسدا رہے وسدا رہے آزادار وسدا رہے وسدا رہے یہ کون سی مستور ہے کیا مانگ رہی ہے یہ کون سی مستور ہے کیا مانگ رہی ہے بازار میں مرنے کی دعا جتھے جتھے کو سید بیٹھا ہے میں انہوں ہائے دی دعوت دے رہا ہوں آو ہاتف غیبی چو صدا آئی جبریل ذرا دیکھ یہ زینب تو نہیں ہے جبریل ذرا دیکھ یہ زینب تو نہیں ہے بازار میں لوگوں سے رضا مانگ آزادارا شام اوکھی آئی تے سجاد خون رویا ہے شام اوکھی آئی تے سجاد دا جگر پھٹیا ہے شام بڑا ماریا یلی دیاں دھیان پنج مقام ایسے آئے جتھے سجاد موت منگی ہے گل تیری ماتم علی ہے پہلا مقام کیڑا ہے جتھے سجاد موت منگی ہے شام غریباں جدن شمر آلیا دی چادر لہائی ہے میرا پڑھنا سوکھا تیرا سننا سوکھا ریاض حسین شاہ دی قبر منور ہوئے باور یادن سوکھی نہ سلائی حرام زادے تیرا نیزے آلیا دے سارے چمارے آئے اور بھی شیعہ جدی ہائی نہیں نکلی تیروے نیزے نال زہرا دی دھی دی چادر دوسرا موقع سجاد کتھے موت منگیے کوفے دا بازار جڑیاں دائیاں علی دیاں دھیاں دے نال آن جڑیاں کنیزاں نال آن ہتھ کھولو میں پہلا بھینڈ کرن لگا شیعہ دا ہتھ آزاد ہوئے ماتم ہستے عزادارو انہاں دے لگ دے سجے ہاتھ تلواراں کھبے ہاتھ برکے چاہ کے سدھا کوفے دے بازار آ گئے غیور دو جہاں تڑپ گیا ہے تو کیویں نہ تڑپیں عمر سعد دی ایک گریبان تے تلواراں رکھ کے پیا دے تو غازی دیاں بہناں وانگ ساڑیاں بے وارث سمجھیاں ستائی چک لیا سجاد منہ دے بھار بازار جھڑ پیا ہے رو کے آدھا ہے اے چاچا دائیاں دے وارث آ گئے زہرا جائیاں دے وارث کوئی نہیں آیا میں پانچ مقامات دی موت آج تک کدائی پوری نہیں پڑی تسی جتنی سن لو میں اتنی پڑھا دو باری تن دس بیٹھا ہوں تیسری واری دی سن آ گئی شام کسے جو سجاد تو پوچھیا مولا تو اندھیر کتھے ماریا نے امام فرمایا اشام 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 اسا کہ مولا شام دی کیڑی گل ہے جڑی کدی نہ بھلی سجادہ دے میں بھین دیاں گلنا کھا گئی ہیں
ਅਸਾਂ ਕਿ ਮੌਲਾ ਕੋਈ ਤਾਂ ਦੱਸੋ, ਸਜਾਦਾ ਦਿਨ ਵੱਡਾ ਵੀ ਰੋਵੇ ਛੋਟਾ ਵੀ ਰੋਵੇ ਤਸੱਲੀ ਕੌਣ ਦਿੰਦਾ ਹੈ? ਉਸਕ ਮੌਲਾ ਵੱਡਾ ਛੋਟੇ ਨੂੰ ਦਿੰਦਾ ਹੈ। ਸਜਾਦਾ ਦਿਨ ਜਿੱਥੇ ਰਸ਼ ਵੱਧਦਾ ਆਈ, ਮੈਂ ਰਾਤ ਰੋਂਦਾ ਮੇਰੀ ਨਿੱਕੀ ਭੈਣ ਮੈਂ ਨਾ ਦੀ ਆਈ। ਸਜਾਦ ਹੌਸਲੇ ਨਾਲ ਰਹੋ, ਹੈ ਕੋਈ ਬੁਲੰਦ ਹਾਇ ਕਰਨ ਵਾਲਾ? ਮੈਂ ਆਦਾ ਸਕੀਨਾ ਤੂੰ ਨਿੱਕੀ ਹੋ ਕੇ ਮੈਨੂੰ ਤਸੱਲੀ ਦੇਣੀ ਹੈ, ਮੈਂ ਨਾ ਦੀ ਆਈ। ਸਜਾਦ ਮਜਬੂਰੀ ਤੋਂ ਦੇਣੀ ਆ, ਜੇ ਮੈਂ ਇੱਥੇ ਮਰ ਗਈ ਤੂੰ ਮੈਨੂੰ ਚਾਹ ਵੀ ਲੈ ਸੈਂ, ਤੂੰ ਮੈਨੂੰ ਦਫਨਾ ਵੀ ਲੈ ਸੈਂ। ਅਕਬਰ ਦਿਆਂ ਕਾਤਲਾਂ 'ਚ ਜੇ ਤੂੰ ਮਰ ਗਿਆ ਤੇਰਾ ਜਨਾਜ਼ਾ ਕੌਣ ਚਾਹੇਗਾ? ਸਜਾ ਤੇਰੀਆਂ ਮਾਵਾਂ ਦੇ ਹੱਥ ਬੱਧੇ ਹੋਏ, ਜਿਹੜਾ ਸ਼ੀਆ ਇੱਕ ਵਾਰੀ ਹੱਥ ਆਜ਼ਾਦ ਕਰੇ ਉਹਦੀ ਹਾਏ ਨਾ ਆਈ। ਮੈਂ ਜਿੱਥੋਂ ਗਈ ਜਾ ਸਾਂ, ਮੈਂ ਦੁੱਖ ਲੈ ਕੇ ਜਾ ਸਾਂ। ਬੰਦਾ ਦੇ ਮੌਲਾ ਸ਼ਾਮ ਦੀ ਕੋਈ ਵੱਡਾ ਦੁੱਖ ਦਾ ਸਜਾ ਦਾ ਦਿਨ ਅਗਲੇ ਰਾਹ ਨੂੰ ਦਿੰਦੇ ਪਿਛਲੇ ਧੱਕੇ ਦੇਣੇ। ਮਰਹਬਾ ਹਾਏ ਕਰਨ ਵਾਲੇ, ਅਗਲੇ ਰਾਹ ਨੂੰ ਦਿੰਦੇ। ਮਾਤਮ ਕਬੂਲ ਹੋ ਗਈ ਅਜ਼ਾਦਾਰਾ, ਅਜ਼ਾਦਾਰਾ ਮਾਤਮ ਕਬੂਲ ਹੋ ਗਈ। ਮੈਂ ਪਹਿਲਾ ਵਹਿਣ ਕਰਾਂ, ਤੀਸਰੀ ਵਾਰੀ ਦੀ ਮੰਗੀ ਹੋਈ ਸਜਾਦ ਦੀ ਮੌਤ ਪਿਆ ਪੜਦਾ, ਤੈਨ ਵਾਸਤਾ ਹੈ ਇਸ ਛੇ ਸਫ਼ਰ ਦੀ ਮਸਾਇਬ ਦੀ ਮਜਲਿਸ ਦਾ। ਤੇਰੀ ਹਾਏ ਜਾਵੇ ਜਿਵੇਂ ਜਨਾਜ਼ਾ ਪਿਆ ਉੱਠਦਾ ਹੋਵੇ। ਸਜਾਦ ਦਿਨ ਫਿਰ ਇੱਕ ਐਸਾ ਮਕਾਮ ਆਇਆ ਜਿੱਥੇ ਮੈਂ ਮੌਤ ਮੰਗੀ ਹੈ। ਸਾਹਿਬ ਸਾਹਿਲਾ ਦੇ ਮੌਲਾ ਕਿੱਥੇ ਮੰਗੀ ਹੈ? ਸੈਯਦਾ ਦੇ ਹੱਥ ਬਾਜ਼ਾਰ, 5 ਲੱਖ ਬਦਮਾਸ਼ ਆਲੀਆ ਮੇਰੇ ਨਾਲ, ਮੈਂ ਅੱਗੇ ਅੱਗੇ ਪਿੱਛੇ ਪਿੱਛੇ ਮੇਰੀ ਮਾਂ। ਸਜਾਦਾ ਦਿਨ ਅਚਾਨਕ ਮੇਰੀ ਨਿੱਕੀ ਭੈਣ ਦੋਏ ਹੱਥ ਮੇਰਿਆਂ ਪੈਰਾਂ ਤੇ ਲਾ ਲੈ, ਹੌਲੇ ਹੌਲੇ ਵਹਿਣ ਆਇਆ ਸਜਾ ਖੁਦਾ ਤੇਰਾ ਵਿਹੜਾ ਆਬਾਦ ਰੱਖੇ। ਛੋਲੀ ਫੈਲਾ, ਮੈਂ ਦੁਆ ਦੇਣਾ ਮੇਰਾ ਸਾਹਿਬ ਜ਼ਮਾਨ ਮੌਲਾ, ਮੇਰਾ ਮੌਲਾ ਜਿਤਨੇ ਬਾਜ਼ਾਰ ਤੇ ਹਾਏ ਕਰ ਰਿਹਾ ਹੈ ਮੇਰਾ ਮੌਲਾ, ਇਹਨਾਂ ਨੇ ਇੱਕ ਵਾਰੀ ਉਹ ਬਾਜ਼ਾਰ ਵੇਖਾ ਜਿੱਥੇ ਜ਼ੈਨਬ ਬਹਿ ਬਹਿ ਤੁਰਦੀ ਰਹੇ, ਆਦੀ ਰਹੀਏ ਨਾ ਮਾਰੋ ਮੇਰੇ ਮਾਣ ਮੱਕ ਗਏ ਜਿਹਦਾ ਸਾਰੇ ਦੁੱਖਦਾ ਹੈ ਮਾਤਮ ਨਾ ਕਰੇ। ਸਜਾਦ ਪਿੱਛੇ ਮੁੜਿਆ ਹੈ, ਠੱਠੀ ਹੋਈ ਮਾਂ ਨੂੰ ਉਠਾਇਆ ਹੈ, ਆਲੀਆ ਹੈਰਾਨ ਹੋ ਕੇ ਸਜਾਦ ਦਾ ਚਿਹਰਾ ਵੇਖਿਆ ਹੈ। ਸੈਯਦਾ ਦੇ ਅੰਮਾ ਹੈਰਾਨ ਕਿਉਂ ਹੈ, ਹੈ ਕੋਈ ਮਾਤਮ ਕਰਨ ਵਾਲਾ? ਆਲੀਆ ਦੀ ਇੱਕ ਗੱਲ ਦਾ ਜਵਾਬ ਦੇ, ਕਿਉਂ ਵੱਧ ਗਈ ਹੈ ਭੀੜ ਬਾਜ਼ਾਰ ਦੇ ਵਿੱਚ? ਮੈਨੂੰ ਆਬਦ ਪੁੱਤਾ ਕਿਆ ਮੈਂ ਤੋਂ ਪਹਿਲੇ ਹਾਏ ਸ਼ਾਮ ਦੇ ਵਿੱਚ ਮਹਿਮਾਨ ਕਦਾ ਨਹੀਂ ਆਏ ਜਿਹਦਾ ਸਰ ਨਹੀਂ ਦੁਖਦਾ? ਸਜਾਦਾ ਦੇ ਅੰਮਾ ਇਹ ਆਮ ਰਸ਼ ਨਹੀਂ ਹੈ, ਆਲੀਆ ਦੀ ਆਏ ਕੌਣ ਲੋਗ ਹੈ? ਆਲੀਆ ਪੁੱਛਿਆ ਸਜਾਦ ਰੋਣਾ ਹੈ, ਮੂੰਹ ਤੇ ਪਿੱਠ ਗਿਆ ਦਾ ਹੈ, ਇਹ ਕਾਤਿਲ ਹੈ ਨਾ ਤੇਰੇ ਅਕਬਰ ਦੇ ਜਿਹੜੇ ਜਸ਼ਾਨ ਮਨੇ? ਸਦਕੇ ਜਾਵਾ ਜਮਾ ਕਰਕੇ ਖੁੱਲ ਬਦਮਾਸ਼ਾਂ ਨੂੰ ਬਾਜ਼ਾਰ ਸਜੈਂਦੇ ਪੈਣ, ਆਲੀਆ ਦੀ ਮੈਂ ਵੇਖ ਰਹੀਆਂ ਇਹ ਕੋਈ ਸ਼ਾਇ ਵੰਡ ਰਿਹਾ ਹੈ। ਸਜਾਦਾ ਦਾ ਅੰਮਾ ਨਾ ਰੋਆ, ਜਿਹੜਾ ਲੁੱਟਿਆ ਨੇ ਦਾਜ ਹਾਏ ਕੁਬਰਾ ਮਾਤਮ ਕਰ ਰਿਹਾ ਹੈ, ਸਜਾਦ ਦੀ ਭੈਣ ਦਾ ਕਰ ਰਿਹਾ ਹੈ, ਕੋਈ ਉਹਦਾ ਆਏ ਹੱਥ ਲੱਭਦਾ ਹੈ, ਕੋਈ ਆਏ ਹੱਥ ਲੱਭਦਾ ਹੈ, ਤੂੰ ਜਿਤਨਾ ਮਾਤਮ ਕਰ ਲੈ। ਜਦਣ ਸ਼ਿਮਰ ਮਾਰਿਆ ਕੋਈ ਹੱਥ ਨਾ ਫੈਣ ਵਾਲਾ ਕੋਈ ਨਾ, ਸਜਾਦ ਰੋ ਗਿਆ ਦਾਈ ਚਾਚਾ ਗਾਦੀ ਹੈ ਉਹਦੀ ਰੋ ਯਾਦਾਰਾ ਜੀਓ ਬਾਜ਼ਾਰ ਤੇ ਹਾਏ ਕਰਨ ਵਾਲਾ, ਜੀਓ ਖਲੀਮਾ ਕਰਕੇ ਰੋਣ ਵਾਲਾ, ਜੀਓ ਖਲੀਮਾ ਕਰਕੇ ਰੋਣ ਵਾਲਾ। ਬਹੁਤ ਥੋੜ੍ਹਾ ਬਹੁਤ ਥੋੜ੍ਹਾ, ਮਗਰ ਇੱਕ ਰਿਵਾਇਤ ਹੋਰ ਪੜਦਾ। ਰਿਵਾਇਤ ਤੋਂ ਪਹਿਲੇ ਗਰੀਬ ਕਰਬਲਾ ਦਾ ਤੇਰੇ ਨਾਲ ਵਾਦਾ ਹੈ, ਉਹ ਵਾਦਾ ਪੜਦਾ ਅਕਬਰ ਦਾ ਬਾਬਾ ਦਾ ਹੈ, ਜਿਹੜਾ ਮੇਰੀਆਂ ਭੈਣਾਂ ਦਾ ਬਾਜ਼ਾਰ ਸੁਣੇ। ਰੋ ਨਾ ਸੰਗੇ ਮੈਂ ਹੁਕਮ ਦੇਣਾ, ਉਹ ਹਾਏ ਕਰ ਦੇਵੇ ਹੋਸਾ ਇਹਨਾਂ ਦਿਨ ਜਿਹੜਾ ਆਲੀਆ ਦੇ ਬਾਜ਼ਾਰ ਤੇ ਹਾਏ ਕਰ ਸੀ ਹੈ। ਉਹਦੀ ਕਬਰ ਦੀ ਪਹਿਲੀ ਰਾਤ ਉਹ ਚੋਲਾ ਪਾ ਗਿਆ ਸਾਂ, ਜਿਹੜਾ ਭੈਣਾਂ
ਦੀ ਕਬਰ ਦਾ ਦਾਮਨ ਹੁਸੈਨ ਪੜ ਰਿਹਾ ਹੈ ਜਦਾ ਮਤਲਬ ਸਵਾਲ ਕਰਨਾ ਹੈ ਮੈਂ ਆਪਣਾ ਖੋਜ ਨਾ ਆਖੋ मेरी कंड पिछे टुर दिया सताई चक दे अदादारा लया कुरान रख मेरे सर ते रस्सी एक आई गर्दन छवंजा अगे अगे सजादा शिमर नो अमर सादा दा अली दियां धीयां जुदा जुदा कर दे ओ नहीं शिया जिड़ा सर प्यारा कर जाए शिमर आख बाजार जाया है आदा शाम आलिया पत्थर मारो ओ जैनब जेदा सार दुख दे ओ मातम ना करे या जहरा मैं डर रहा मैं डर रहा कि मैं रिवायत पढ़ सा किवें सुन सा किवें मैं हाथ का इशारा कर बड़ा या पर्दा पावा बोलो जड़े अजदार हो चादर दे बड़ा बड़ा अजदारा बड़ा जदारा इब्ने मुनज़र साहबिया आदे मौला सिर्फ पत्थर मारे आने सैयदा दे पत्थर मारे ना सज्जाद इन ना रोवेया अलम नाप के माफी मंगे जड़ा सार प्यारा कर जाए आदे मौला होर केड़ा जुल्मा सज्जादा दे जदों शिमर राख्या है आए ज़ैनब आ गई है शाम दिया औरता पुराने कपड़िया नु आग ला के आलिया ते सटिया मेरी मां कदे उस दीवार नाल कदे उस दीवार नाल रो के आ दिया ई सज्जाद ओ मेरा पास बुला या लहरा या लहरा कदी ना रोवे कदी ना रोवे आजादारा वसदारा है वसदारा है आजादारा वसदारा है मातम करना लिया फिर दुआ है इस मातम दे बदले शला शाम जा वेखे अजादारा सजादा दे जदर पत्थरां दी बारिश आई है आले अबा इंज निखड़े जिवे तस्वी टुट जाए ते दाणे निखड़ जावे कोई ना रोवे जेड़ा सैयद बैठा है सजादा दे एडा राशा ना मैन माल दिया ना मैन भैन नजर आंदिया ना मैन कोई होर परदेदार नजर आंदा ओ नहीं शिया जेड़ा सर प्यारा कर जाए सज्जादा दे अगला चौक आया शामिया मेरी मां इतना मारिया मैं ज़ैनब नू नहीं पहचानिया आलिया मैं नहीं पहचानिया बीबिया दिया ही मुसाफिरा या लहरा या लहरा आबाद रहे आबाद रहे आबाद रहे तीसरी वारी दी मौत हुण पढ़न लगा तीसरी वारी दी मौत एक वारी हाथ वेखाओ जड़े हलके दे मातमी हो पूरा मजमा हलके दे मातमी है मेरे नाल वादा कर मैं तीसरी मंगी होई मौत पढ़दा तू सिर ते मातम दा पुरसा ऐ जाए जिथे सज्जाद मौत मंगी है उम्मे हजाम नामी औरत है हथां च त्राए नौका ला पत्थर आदि अली एक जंग च मेरा प्यो मारिया मैं इस काफले तो बदला लेना है हुसैन गुजरिया इस नहीं मारिया अब्बास गुजरिया इस नहीं मारिया आलिया गुजरिया इस नहीं मारिया ओ नहीं शिया जेड़ा सर प्यारा कर जाए और तादियां मार काफला ते लग गया है आदिए मैं इन नहीं मारना और आदिए किन मारना है आदि ओनू मारना है जेदे कन्ना विच रात वह जेदा सर दुख जाए मातम ना करे आलिया दिया पास धी बचा ले गाजी आदा जीवे शाम देवे हाय हुकम दिताई इंज कर बल चा फरमाओ ना बेवपला ना जोड़ बाजार ते जैन